ਆਪレ ਹੋ ਤੁਮ ਕਥਾ ਸੁਧਾਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਬ ਪੈਦਾ ਗੁਰ ਕੀ ਦਿਸ਼ਿਤ ਹਾਇਓ ਖਾ ਅਸਮਾਨ ਸੰਗ ਹੀ ਆਇਓ ਸ੍ਰੀ ਗੁਰ ਦਿੱਤੇ ਤਿਹ ਅਟਕਾਇਓ ਕਹਾ ਜਾਤ ਇਤ ਰਹੋ ਅਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਰਹੇ ਹੋ ਗੁਰੂ ਮਹਾਰਾਜ ਦੀ ਬਾਣੀ ਦੇ ਅੰਮ੍ਰਿਤਮਈ ਕੀਰਤਨ ਸਰਵਣ ਕੀਤੇ ਹਨ ਆਓ ਹੁਣ ਆਪਣੀਆਂ ਸੁਰਤੀ ਬਿਰਤੀਆਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰੂ ਸੂਰਮਾ ਵੱਡ ਜੋਧਾ ਵੋ ਪਰਉਪਕਾਰੀ ਪਾਤਸ਼ਾਹ ਦੇ ਚਰਨਾਂ 'ਚ ਆਗਿਰ ਕਰੀਏ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜੋ ਪੈਂਦਾ ਖਾਂ ਗੁਰੂ ਸਾਹਿਬ ਦੇ ਹੱਥੋਂ ਮਾਰਿਆ ਗਿਆ ਹੈ ਇਹ ਕਥਾ ਆਪ ਜੀ ਨੇ ਬੜੇ ਪ੍ਰੇਮ ਨਾਲ ਕਲ ਸਰਵਣ ਕੀਤੀ ਸੀ ਇਹ ਨਿੰਮਕ ਹਰਾਮੀ ਹੋ ਗਿਆ ਭਾਵੇਂ ਗੁਰੂ ਸਾਹਿਬ ਨੇ ਪੁੱਤਰਾਂ ਤਰ੍ਹਾਂ ਪਾਲਿਆ ਸੀ ਪਰ ਇਸ ਨੇ ਸਤਗੁਰਾਂ ਦੇ ਕੀਤੇ احਸਾਨ ਭੁਲਾ ਦਿੱਤੇ ਦੁਰਗਾ ਨੂੰ ਚੜਾ ਕੇ ਲੈ ਆਇਆ ਤੇ ਕਰਤਾਰਪੁਰ ਸਾਹਿਬ ਦੇ ਜੰਗ ਵਿੱਚ ਗੁਰੂ ਸਾਹਿਬ ਨੂੰ ਜਾਣ ਤੋਂ ਮਾਰਨ ਦੀ ਤੇ ਫੜ ਕੇ ਲੈ ਜਾਣ ਦੀ ਬੜੀ ਕੋਸ਼ਿਸ਼ ਕਰਦਾ ਹੋਇਆ ਸਤਿਗੁਰੂ ਦੇ ਹੱਥੋਂ ਹੀ ਤੇਗ ਨਾਲ ਚੀਰਿਆ ਗਿਆ ਜਦੋਂ ਸਤਿਗੁਰੂ ਜੀ ਨੇ ਵਾਰ ਕਰਕੇ ਝੜਕ ਦਿੱਤਾ ਸਵਾਸ ਨਿਕਲਣ ਲੱਗੇ ਤੇ ਮਹਾਰਾਜ ਕਹਿੰਦੇ ਪੈਂਦੇ ਖਾਂ ਕਲਮਾ ਪੜ ਲੈ ਉਦੋਂ ਇਸ ਨੂੰ ਗਿਆਨ ਹੋ ਗਿਆ ਕਿ ਪੂਰਾ ਸਤਗੁਰੂ ਸਮਰੱਥ ਸਤਗੁਰੂ ਜੇ ਕਿਸੇ ਨੂੰ ਭੁੱਲ ਭਲੇਖੇ ਵੀ ਦਰਸ਼ਨ ਹੋ ਜਾਣ ਉਹਦਾ ਵੀ ਭਲਾ ਹੋ ਜਾਂਦਾ ਹੈ ਪੈਂਦਾ ਤਾਂ ਗੁਰੂ ਸਾਹਿਬ ਦੇ ਕੋਲ ਰਿਹਾ ਸੀ ਸੋ ਸਤਗੁਰੂ ਜੀ ਨੇ ਉਹਦੀ ਆਤਮਾ ਦਾ ਕਲਿਆਣ ਕਰਨਾ ਸੀ ਉਹਨੂੰ ਗਿਆਨ ਬਖਸ਼ ਦਿੱਤਾ ਕਹਿਣ ਲੱਗਾ ਸ੍ਰੀ ਗੁਰ ਤੁਮਰੇ ਪਾਨ ਕੀ ਮਿਸ਼ਰੀ ਕਲਮਾ ਜਾਣ ਮਹਾਰਾਜ ਤੁਹਾਡੇ ਹੱਥ ਦੀ ਜੋ ਸ੍ਰੀ ਸਾਹਿਬ ਹੈ ਉਹ ਮੇਰੇ ਲਈ ਮਿਸ਼ਰੀ ਹੈ ਮੇਰੇ ਲਈ ਉਹ ਮਿਸ਼ਰ ਦੀ ਤਲਵਾਰ ਉਹੀ ਮੇਰੇ ਲਈ ਕਲਮਾ ਹੈ ਹੋਰ ਕਲਮਾ ਪੜਨ ਦੀ ਲੋੜ ਨਹੀਂ ਗੁਰੂ ਸਾਹਿਬ ਨੇ ਧੁੱਪ ਤੋਂ ਬਚਾਉਂਦਿਆਂ ਹੋਇਆਂ ਉਹਦੇ ਸਿਰ ਤੇ ਢਾਲ ਨਾਲ ਛਾਂ ਕੀਤੀ ਤੇ ਗੁਰੂ ਸਾਹਿਬ ਦੀ ਛਤਰ ਛਾਇਆ ਹੇਠ ਹੀ ਉਸਦੇ ਸਵਾਸ ਪੂਰੇ ਹੋਏ ਉਧਰੋਂ ਉਸ ਦਾ ਜਵਾਈ ਉਸਮਾਨ ਖਾਨ ਉਹ ਵੀ ਵਧਿਆ ਆ ਰਿਹਾ ਸੀ ਜਿਸ ਨੂੰ ਬਾਬਾ ਗੁਰਦਿੱਤਾ ਜੀ ਨੇ ਰੋਕ ਲਿਆ ਉਨਾ ਦਾ ਕਮਸਾਨ ਦਾ ਜੁਦ ਹੋਇਆ ਸਰਵਣ ਕਰੀਏ ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਪੈੰਦਾ ਗੁਰ ਕੀ ਦਿਸ਼ਤ ਹਾਇਓ ਜਦੋਂ ਪੈੰਦਾ ਖਾਨ ਗੁਰੂ ਸਾਹਿਬ ਵੱਲ ਆਇਆ ਖਾਂ ਅਸਮਾਨ ਸੰਗ ਹੀ ਆਇਓ ਪੈੰਦਾ ਦਾ ਜਦ ਆਇਆ ਅਸਮਾਨ ਖਾਂ ਆਪਣੇ ਸਹੁਰੇ ਦੇ ਨਾਲ ਹੀ ਘੋੜੇ ਤੇ ਚੜ੍ਹ ਕੇ ਫੌਜਾਂ ਲੈ ਕੇ ਅੱਗੇ ਵਧਿਆ ਸ੍ਰੀ ਗੁਰ ਦਿੱਤੇ ਤਿਹ ਅਟਕਾਇਓ ਜਦਸਤੇਜ ਬਾਬਾ ਗੁਰਦਿੱਤਾ ਜੀ ਨੇ ਉਸਮਾਨ ਖਾਨ ਨੂੰ ਰੋਕ ਲਿਆ ਕਹਾ ਜਾਤ ਇਤ ਰਹਿ ਹੋ ਅਲਾਇਓ ਤੇ ਗਰਜ ਕੇ ਬਾਬਾ ਜੀ ਬੋਲੇ ਕਹਿੰਦੇ ਕਿੱਥੇ ਜਾਣਾ ਖਾਨਾ ਇੱਥੇ ਅਟਕ ਜਾ ਤਾਨ ਤਨੁਖ ਕੋ ਤੀਰ ਪ੍ਰਹਾਰ ਅਸਮਾਨ ਖਾਨ ਨੇ ਬਾਬਾ ਜੀ ਨੂੰ ਵੇਖ ਕੇ ਕੰਨਾਂ ਦਾ ਖਿੱਚ ਕੇ ਤੀਰ ਛੱਡਿਆ ਖਾਂ ਅਸਮਾਨ ਇਨਹੋਂ ਪਰਮਾਰ ਅਸਮਾਨ ਖਾਨ ਨੇ ਬਾਬਾ ਜੀ ਤੇ ਪਹਿਲਾ ਵਾਰ ਕੀਤਾ ਤੀਰ ਦਾ ਦੋਨੋ ਹਸਪਟ ਅਰੇ ਰਨਮਾਹੀ ਬਾਬਾ ਜੀ ਵੀ ਅੱਗੋਂ ਬੜੇ ਚੋਣਵੇਂ ਯੋਧੇ ਸਨ ਬਾਬਾ ਗੁਰਦਿੱਤਾ ਜੀ ਤੀਰ ਦੇ ਨਾਲ ਤੀਰ ਦਾ ਮੁਕਾ ਬਲਾ ਕਰਦੇ ਅੜ ਗਏ ਸਾਹਮਣੇ ਧਰ ਉਰ ਤਰਾਸ ਮਿਟੇ ਕਿਮ ਨਾਹੀ ਮਨ ਵਿੱਚ ਕਿਸੇ ਤਰ੍ਹਾਂ ਦਾ ਭੈ ਡਰ ਨਹੀਂ ਰੱਖਿਆ ਬਾਬਾ ਗੁਰਦਿੱਤਾ ਜੀ ਤੇ ਸਮਾਨਖਾਂ ਆਪਸ ਚ ਤੀਰਾਂ ਨਾਲ ਜੁਟ ਪਏ ਫੇਰ ਹੈ ਤਰੰਗ ਪ੍ਰਹਾਰ ਹੈ ਤੀਰ ਆਪਣੇ ਘੋੜਿਆਂ ਨੂੰ ਘੁਮਾ ਘੁਮਾ ਕੇ ਤੀਰ ਚਲਾਉਂਦੇ ਨੇ ਇੱਕ ਦੂਜੀ ਉੱਤੇ ਕਬਹਾਂ ਦੂਰ ਕਬ ਹੋਵ ਹੈ ਨੀਰ ਕਦੇ ਘੋੜਾ ਦੁੜਾ ਕੇ ਦੂਰ ਹੋ ਜਾਂਦੇ ਐ ਤੇ ਕਦੀ ਬਹੁਤ ਨੇੜੇ ਢੁੱਕ ਪੈਂਦੇ ਧਨ ਬਿਦਿਆ ਆਪਣੀ ਦਿਖਰਾਵੈ ਆਪਣੀ ਤਨਸ ਵਿੱਦਿਆ ਦੇ ਕਰਤਬ ਦਿਖਾਉਂਦੇ ਆ ਬਾਬਾ ਗੁਰਦਿੱਤਾ ਜੀ ਵੀ ਬੜੇ ਵੱਡੇ ਤੀਰ ਅੰਦਾਜ਼ ਹਨ ਤੇ ਅਸਮਾਨ ਖਾਂ ਵੀ ਚੋਟੀ ਦਾ ਸੂਰਮਾ ਹੈ ਕਰ ਤੂਰਨਤਾ ਤੀਰ ਚਲਾਵੈ ਦੋਵੇਂ ਸੂਰਮੇ ਇੱਕ ਦੂਜੀ ਤੇ ਬੜੀ ਫੁਰਤੀ ਨਾਲ ਤੀਰਾਂ ਦਾ ਮੀਂਹ ਵਰਹਾਉਂਦੇ ਨੇ ਲੱਗਿਓ ਨਾ ਕਉ ਇਤ ਉਤ ਤਰੈ ਇੱਕ ਦੂਜੀ ਤੋਂ ਤੀਰਾਂ ਦੇ ਬਚਾਅ ਵੀ ਕਰਦੇ ਨੇ ਪੈਤੜੇ ਬਦਲਦੇ ਨੇ ਇਸ ਕਰਕੇ ਕਿਸੇ ਨੂੰ ਤੀਰ ਲੱਗਾ ਨਹੀਂ ਬਾਬਾ ਜੀ ਦਾ ਤੀਰ ਅਸਮਾਨ ਖਾਨ ਨੂੰ ਨਹੀਂ ਲੱਗਾ ਤੇ ਉਸਮਾਨ ਦਾ ਬਾਬਾ ਜੀ ਨੂੰ ਨਹੀਂ ਲੱਗਾ ਨਿਜ-ਨਿਜ ਅੰਗ ਬਚਾਵਨ ਕਰੈ ਆਪਣੇ ਆਪਣੇ ਅੰਗ ਬਚਾ ਕੇ ਲੜੇ ਹਨ ਖਾਂ ਅਸਮਾਨ ਕਰੋਧ ਤਬ ਕੀਨਾ ਅਸਮਾਨ ਖਾਨ ਗੁੱਸੇ ਜਾ ਗਿਆ ਵੀ ਉਹਦੇ ਤੀਰ ਖਾਲੀ ਜਾ ਰਹੇ ਨੇ ਤੀਛਨ ਅਹ ਸਮਪੀਛਨ ਲੀਨਾ ਉਹਨੇ ਪਫਾਨੀ ਰਾ ਨਾਗ ਵਰਗਾ ਕੋਬਰੇ ਵਰਗਾ ਫੁਰਚ ਕਾਟੇ ਮਾਰਨ ਵਾਲਾ ਤੀਰ ਪੱਥੇ ਚੋਂ ਕੱਢਿਆ ਜੋੜ ਜ਼ੇਹ ਮਹਜ਼ੋਰ ਸਮੇਤ ਪੁਨ ਚਿਲੇ ਝਾੜ ਕੇ ਬੜੇ ਜ਼ੋਰ ਦੇ ਨਾਲ ਛੋਰੀਓ ਬਾਨ ਹਾਨ ਕੇ ਹੇਤ ਬਾਬਾ ਗੁਰਦਿੱਤਾ ਜੀ ਨੂੰ ਮਾਰਨ ਵਾਸਤੇ ਬੜਾ ਭयंਕਰ ਤੀਰ ਛੱਡਿਆ ਲੱਗਿਓ ਜ਼ੀਨ ਮੈਂ ਜਾਏ ਮਹਾਨ ਉਹਦਾ ਤੀਰ ਆ ਕੇ ਬਾਬਾ ਗੁਰਦਿੱਤਾ ਜੀ ਦੇ ਘੋੜੇ ਦੇ ਕਾਠੀ ਜਵੱਜਾ નિਫਲਿਓ ਵਾਰਖਾਨ ਅਸਮਾਨ ਅਸਮਾਨ ਖਾਨ ਦਾ ਵਾਰ ਨਿਸਫਲ ਗਿਆ ਕੀਤਾ ਦਾ ਆਪਣੇ ਵੱਲੋਂ ਉਹਨੇ ਬੜਾ ਕਾਰੀਵਾਰ ਸੀ ਕਿ ਇਸ ਵਾਰ ਨਾਲ ਮੈਂ ਬਾਬਾ ਜੀ ਨੂੰ ਮਾਰ ਦੇਵਾਂਗਾ ਪਰ ਬਾਬਾ ਗੁਰਦਿੱਤਾ ਜੀ ਦੀ ਰਾਖੀ ਅਕਾਲ ਪੁਰਖ ਪਰਮੇਸ਼ਰ ਕਰ ਰਿਹਾ ਸੀ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ ਬਾਬਾ ਜੀ ਦੇ ਘੋੜੇ ਦੀ ਕਾਠੀ ਜਸਮਾਨ ਖਾਨ ਦਾ ਤੀਰ ਵੱਜਾ ਹੈ। ਸ੍ਰੀ ਗੁਰ ਦਿੱਤਾ ਕ੍ਰੁੱਧਤ ਜੋਦ। ਬਾਬਾ ਗੁਰ ਦਿੱਤਾ ਜੀ ਨੂੰ ਵੀਰ ਰਸ ਜਾਗ ਪਿਆ ਜਦੋਂ ਕਾਠੀ ਚ ਆ ਕੇ ਤੀਰ ਵੱਜਿਆ। ਲਿਓ ਬਾਨ ਖਪਰਾ ਇੱਕ ਸੁਧ। ਬਾਬਾ ਜੀ ਨੇ ਖਪਰਾ ਤੀਰ ਕੱਟਿਆ ਪੱਥੇ ਵਿੱਚੋਂ। ਤਾਨ ਕਾਨ ਲਗ ਤਾਨ ਮਹਾਨ। ਫਿਰ ਬਾਬਾ ਜੀ ਨੇ ਉਹਨੂੰ ਕੰਨਾਂ ਤੋਂ ਖਿੱਚ ਕੇ ਪੂਰਾ ਤਾਣ ਕੇ ਨਿਸ਼ਾਨਾ ਲਾਇਆ ਛੁੱਟਿਓ ਉਸ ਬੇਗ ਜੋ ਸਰਪ ਸਮਾਨ ਜਿਵੇਂ ਫਣੀ ਅਰ ਨਾਗ ਫੁਕਾਟੇ ਮਾਰਦਾ ਏਦਾਂ ਉੱਡਦਾ ਗਿਆ ਤੀਰ ਉੱਡਣੇ ਸੱਪ ਦੀ ਤਰ੍ਹਾਂ ਲੱਗਿਓ ਖਾਨ ਕੇ ਭਾਲ ਵਿਸਾਲ ਤੇ ਬਾਬਾ ਗੁਰਦਿੱਤਾ ਦੇ ਕਮਾਨ ਚੋਂ ਨਿਕਲਿਆ ਤੀਰ ਅਸਮਾਨ ਖਾਂ ਦੇ ਮੱਥੇ 'ਚ ਜਾ ਵਜਾ ਸਤਿ ਸ੍ਰੀ ਅਕਾਲ ਜਾਨੀ ਰਦੇ ਖਤ ਪਹੁੰਚਿਓ ਬਿਆਲਾ ਆਹ ਕਹਿੰਦੇ ਜਿਵੇਂ ਕਾਲਾ ਨਾਗ ਆਇਆ ਹੋਵੇ ਤੇ ਡੰਗ ਮਾਰਿਆ ਹੋਵੇ ਮੱਥੇ ਵਿੱਚ ਸਿਰ ਕੋ ਫੋਰ ਪਾਰ ਤਬ ਪਰਿਓ ਆ ਸਾਧ ਸੰਗਤ ਜੀ ਉਹਦਾ ਮੱਥਾ ਪਾੜ ਕੇ ਤੇ ਸਿਰ ਪਿਛਲੇ ਪਾਸਿਓਂ ਖੋਪਰੀ ਥਾਣੀ ਤੀਰ ਨਿਕਲ ਗਿਆ ਖਾਨ ਅਸਮਾਨਤ ਰੰਗ ਤੇ ਗਿਰਿਓ ਤੇ ਅਸਮਾਨ ਖਾਨ ਘੋੜੇ ਤੋਂ ਢੰਮ ਕਰਕੇ ਥੱਲੇ ਡਿਗਾ ਪਰਿਓ ਨਿਕਟ ਬਾਬਾ ਚਲ ਗਇਓ ਤੇ ਜਦੋਂ ਅਸਮਾਨ ਖਾਨ ਜ਼ਮੀਨ ਤੇ ਡਿਗਾ ਤੇ ਬਾਬਾ ਗੁਰਦਿੱਤਾ ਜੀ ਉਹਦੇ ਕੋਲ ਚਲੇ ਗਏ ਜਾਨ ਸਖ ਸਮ ਤਬਰਦਨਯੋ ਆਪਣਾ ਮਿੱਤਰ ਆਪਣਾ ਦੋਸਤ ਬਚਪਨ ਤੋਂ ਨਾਲ ਖੇਡਿਆ ਸੀ ਇਹ ਜਾਣ ਕੇ ਮਨ ਬਿਰਾਗ ਵਿੱਚ ਆ ਗਿਆ ਕਿਉਂਕਿ ਇਹ ਸਾਧ ਸੰਗਤ ਜੀ ਗੁਰੂ ਕੇ ਜੋਧੇ ਇਹ ਜਾਲਮ ਨਹੀਂ ਹੁੰਦੇ ਇਹ ਕਸਾਈ ਨਹੀਂ ਹੁੰਦੇ ਇਹ ਦਰਿੰਦੇ ਨਹੀਂ ਹੁੰਦੇ ਇਹ ਤਾਂ ਧਰਮ ਦੀ ਰਾਖੀ ਲਈ ਲੜਦੇ ਨੇ ਇਨਾਂ ਦੇ ਦਿਲ ਵਿੱਚ ਜਿੱਥੇ ਬੀਰਤਾ ਹੁੰਦੀ ਹੈ ਬੀਰ ਰਸ ਹੁੰਦਾ ਤੇ ਕਰुणा ਰਸ ਦਇਆ ਵੀ ਹੁੰਦੀ ਹੈ ਤੇ ਬਾਬਾ ਜੀ ਇਹ ਸੋਚ ਕੇ ਵੀ ਇਹ ਸਾਡੇ ਹੱਥੋਂ ਹੀ ਮਰਨਾ ਸੀ ਇਹਨੇ ਸਾਡਾ ਮਿੱਤਰਾਂ ਭਰਾਵਾਂ ਵਰਗਾ ਇਹਦੇ ਨਾਲ ਪ੍ਰੇਮ ਸੀ ਕਿਹੋ ਜੀ ਇਹਦੀ ਮਤ ਮਾਰੀ ਗਈ ਕਿਹੋ ਜੀ ਬੁੱਧੀ ਭ੍ਰਿਸ਼ਟ ਹੋ ਗਈ ਵੀ ਇਹ ਸਾਡਾ ਵੈਰੀ ਬਣ ਗਿਆ ਤੇ ਸਾਡੇ ਹੱਥੋਂ ਮਰਿਆ ਹੈ ਵਿਦੀ ਚੰਦ ਪਿਖ ਕਹਿ ਤਤ ਕਾਲ ਜਦੋਂ ਬਾਬਾ ਗੁਰਦਿੱਤਾ ਜੀ ਉਹਦੀ Laash ਦੇ ਕੋਲ ਜਾ ਕੇ ਮਨ ਦੇ ਵਿੱਚ ਥੋੜਾ ਜਿਹਾ ਦੁੱਖ ਜਾਂ ਮਹਿਸੂਸ ਕਰ ਰਹੇ ਸਨ ਤੇ ਬਾਬਾ ਵਿਧੀ ਚੰਦ ਜੀ ਨੇ ਵੇਖਿਆ ਵੀ ਇਹ ਤਾਂ ਕੰਮ ਖਰਾਬ ਹੋ ਜਾਏਗਾ। ਬਾਬਾ ਗੁਰਦਿੱਤਾ ਜੀ ਤਾਂ ਢਿੱਲੇ ਹੋ ਕੇ ਖੜ ਗਏ ਨੇ ਤੇ ਦੁਸ਼ਮਣ ਨੇ ਤਾਂ ਲਿਆਜ ਨਹੀਂ ਨਾ ਕਰਨਾ ਵੈਰੀਆਂ ਨੇ ਤੇ ਬਾਬਾ ਵਿਧੀ ਚੰਦ ਜੀ ਝਟ ਦੇ ਕੋਲ ਪਹੁੰਚ ਗਏ। ਖੈ ਕੋ ਪ੍ਰੇਰਿਤ ਪਹੁੰਚ ਉਤਾਲਾ। ਬਾਬਾ ਵਿਧੀ ਚੰਦ ਜੀ ਜੰਗੀ ਜਰਨੈਲ ਸਨ। ਬੜੀ ਫੁਰਤੀ ਨਾਲ ਘੋੜਾ ਦੌੜਾ ਕੇ ਉੱਥੇ ਪਹੁੰਚ ਗਏ ਤੁਰਕ ਤੀਰਤ ਮਠਾਂਡੇ ਕਹਾ ਤੇ ਬਾਬਾ ਜੀ ਨੂੰ ਜਾ ਕੇ ਕਿਹਾ ਬਾਬਾ ਜੀ ਇਸ ਤੁਰਕ ਦੇ ਕੋਲ ਕਿਉਂ ਖੜੇ ਹੋ ਤੁਸੀਂ ਦੇਖੋ ਲਸ਼ਕਰ ਉਮੜਿਓ ਮਹਾ ਉਹ ਦੇਖੋ ਦੁਸ਼ਮਣ ਦੀ ਫੌਜ ਕਿੰਨੀ ਉਮੜਿ ਆ ਰਹੀ ਹੈ ਜਿਵੇਂ ਸਮੁੰਦਰ ਦਾ ਪਾਣੀ ਸੁਨਾਮੀ ਦੀ ਤਰ੍ਹਾਂ ਛਲ ਮਾਰ ਲਹਿਰ ਆਉਂਦੀ ਹੈ ਨਾ ਛਲ ਏਦਾਂ ਬੜੀ ਤਗੜੀ ਫੌਜ ਉਮੜ ਕੇ ਚੜ੍ਹ ਕੇ ਆਈ ਹੈ ਬਨਹੁ ਸੁਚੇਤ ਦਰਨ ਕੇ ਹੇਤ ਤੇ ਬਾਬਾ ਜੀ ਹੁਣ ਇਹਨਾਂ ਨਾਲ ਯੁੱਧ ਕਰਨ ਲਈ ਸੁਚੇਤ ਹੋ ਇਹ ਸਮਾਂ ਬੈਰਾਗ ਕਰਨ ਦਾ ਨਹੀਂ ਇਹ ਤਾਂ ਜੂਝ ਮਰਨ ਦਾ ਸਮਾਂ ਹੈ ਵੈਰੀਆਂ ਦੇ ਦੰਦ ਖੱਟੇ ਕਰੀਏ ਕਹਿ ਅਬ ਪਹੁੰਚੋ ਜਾਏ ਨਕੇਤ ਜੇ ਤੁਸੀਂ ਲੜਨਾ ਨਹੀਂ ਤੁਸੀਂ ਇੱਥੇ ਖੜੋ ਵੀ ਨਾ ਤੁਸੀਂ ਘਰ ਚਲੇ ਜਾਓ ਅਸੀਂ ਸਮਝਦੇ ਹਾਂ ਵੀ ਤੁਹਾਡਾ ਬਚਪਨ ਦਾ ਮਿੱਤਰ ਸੀ ਤੁਹਾਡੇ ਹੱਥੋਂ ਮਾਰਿਆ ਗਿਆ ਤੁਹਾਡਾ ਦਿਲ ਦੁਖੀ ਹੋਇਆ ਪਰ ਹੁਣ ਇੱਥੇ ਦੁਖੀ ਹੋ ਕੇ ਖੜਨ ਦਾ ਸਮਾਂ ਨਹੀਂ ਹੈ ਇਹ ਬਹੁਤ ਖਤਰਨਾਕ ਸਮਾਂ ਹੈ ਦੁਸ਼ਮਣ ਵਾਰ ਕਰੇਗਾ ਤੁਹਾਨੂੰ ਖੜਿਆ ਪਿਆ ਉਹਨੂੰ ਕੋਈ ਤੀਰ ਗੋਲੀ ਮਾਰ ਦਵੇਗਾ ਇੱਥੋਂ ਪਿੱਛੇ ਹਟ ਜਾਓ ਜੇ ਨਹੀਂ ਲੜਨਾ ਤਾਂ ਸੁਨਕਾਰ ਸ੍ਰੀ ਗੁਰਦਿੱਤਾ ਕਹੈ ਇਹ ਸੁਣ ਕੇ ਬਾਬਾ ਗੁਰਦਿੱਤਾ ਜੀ ਬੋਲੇ ਹਮ ਸੋ ਨਿਤ ਖੇਲਤ ਇਹ ਰਹੈ ਇਹ ਬਾਬਾ ਬੀ ਦੀ ਚੰਦ ਜੀ ਇਹ ਉਸਮਾਨ ਖਾਨ ਸਾਡੇ ਨਾਲ ਖੇਡਦਾ ਹੁੰਦਾ ਸੀ ਨਿਕਾ ਹੁੰਦਾ ਇਹ ਸਾਡੇ ਨਾਲ ਰਹਦਾ ਸੀ ਬੈਸ ਬਰੋਬਰ ਤਰ ਤਸਨੇਹੂ ਸਾਡੇ ਨਾਲ ਉਮਰ ਦਾ ਹਾਣੀ ਸੀ ਪਿਆਰ ਕਰਦਾ ਸੀ ਅਸੀਂ ਇਹਨੂੰ ਪਿਆਰ ਕਰਦੇ ਸੀ ਸਾਡੇ ਸਾਡਾ ਇਹ ਬਾਲ ਸਖਾਈ ਮਿੱਤਰ ਸੀ ਮਿਲਵਤ ਬਹਿਸਤ ਨਿਤ ਪ੍ਰਤਿ ਇਹੂ ਸਾਡੇ ਨਾਲ ਖੇਡਦਾ ਸੀ ਸਾਡੇ ਨਾਲ ਸ਼ਿਕਾਰ ਚੜਦਾ ਸੀ ਸਾਡੇ ਨਾਲ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਸੀ ਸਾਡਾ ਇਹ ਬਹੁਤ ਪਿਆਰਾ ਮਿੱਤਰ ਸੀ ਪਤਾ ਨਹੀਂ ਉਸ ਵਾਹਿਗੁਰੂ ਨੂੰ ਕੀ ਮਨਜ਼ੂਰ ਹੋਇਆ ਅੱਜ ਇਹ ਸਾਡੇ ਹੱਥੋਂ ਹੀ ਮਾਰਿਆ ਗਿਆ ਹੈ ਬੋਲਤ ਬਹਿਰ ਅਰੂੜ ਸਿਧਾਰਤੋ ਸਾਡੇ ਨਾਲ ਗੱਲਾਂ ਬਾਤਾਂ ਕਰਦਾ ਸੀ ਸਾਡੇ ਨਾਲ ਹੀ ਇਹ ਬਾਹਰ ਸ਼ਿਕਾਰ ਨੂੰ ਜਾਂਦਾ ਸੀ ਮਿਲ ਹਮ ਸੋ ਬਨ ਮ੍ਰਿਗਨ ਸੰਘਾਰਤ ਸਾਡੇ ਨਾਲ ਮਿਲ ਕੇ ਬੜੇ ਬੜੇ ਜੰਗਲੀ ਜਾਨਵਰਾਂ ਦਾ ਸੂਰਾਂ ਦਾ 12 ਸਿੰਘਿਆਂ ਦਾ ਹਿਰਣਾ ਦਾ ਸ਼ੇਰਾਂ ਦਾ ਸ਼ਿਕਾਰ ਕਰਦਾ ਸੀ ਅਬਨ ਹੈ ਉਠਤ ਨਾ ਬੋਲਤ ਕੈਸੇ ਤੇ ਵੇਖੋ ਨਾ ਸਾਡੇ ਹੱਥੋਂ ਮਰਿਆ ਪਿਆ ਹੁਣ ਬੋਲਦਾ ਕੋਈ ਨਹੀਂ ਹੁਣ ਇਹ ਹੁਣ ਸਾਡੇ ਨਾਲ ਗੱਲ ਨਹੀਂ ਕਰਦਾ ਇਦਾਂ ਬਾਬਾ ਜੀ ਕਰਣਾ ਜਾਗੇ ਸਾਧ ਸੰਗਤ ਜੀ ਭਾਵੇਂ ਜੰਗ ਦੇ ਮੈਦਾਨ ਵਿੱਚ ਕਰਣਾ ਆਉਂਦੀ ਨਹੀਂ ਪਰ ਜਿਹੜੇ ਮਹਾਂਪੁਰਸ਼ ਹੁੰਦੇ ਆ ਨਾ ਸਾਧੂ ਹੁੰਦੇ ਆ ਉਹਨਾਂ ਦੇ ਦਿਲ ਦੇ ਵਿੱਚ ਕਿਉਂਕਿ ਸਾਧੂ ਹੁੰਦਾ ਹੀ ਉਹ ਹੈ ਜਿਹਦੇ ਵਿੱਚ ਕਰਣਾ ਹੋਵੇ ਕਹਿੰਦੇ ਜੇ ਦਇਆ ਨਹੀਂ ਕਰਣਾ ਨਹੀਂ ਤੇ ਦਇਆ ਬਿਨਾ ਹੈ ਸਿੱਧ ਕਸਾਈ ਭਾਵੇਂ ਜਿੱਡਾ ਮਰਜੀ ਸਿੱਧ ਹੋਵੇ ਰਿਧੀਆਂ ਸਿੱਧੀਆਂ ਦਾ ਮਾਲਕ ਹੋਵੇ ਦਇਆ ਨਾ ਹੋਵੇ ਉਹ ਕਸਾਈ ਹੈ ਪਵੇਂ ਬਾਬਾ ਜੀ ਸੂਰਬੀਰ ਜੋਧੇ ਹਨ ਸੂਰਬੀਰਤਾ ਆਪਣੀ ਥਾਂ ਤੇ ਪੂਰੀ ਹੈ ਪਰ ਸਾਧ ਸੰਗਤ ਜੀ ਪਿਆਰ ਕਰਣਾ ਹਮਦਰਦੀ ਦਇਆ ਕੀ ਹੁੰਦਾ ਕੋਮਲ ਭਾਵ ਇਹ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦੀ ਖੂਬੀ ਹੈ ਕਿ ਉਹ ਬੀਰ ਰਸ ਦੇ ਨਾਲ ਨਾਲ ਕਰुणा ਰਸ ਦਾ ਵੀ ਪੂਰਾ ਪੂਰਾ ਚਿੱਤਰਣ ਕਰ ਰਹੇ ਨੇ ਇਹ ਗੁਰੂ ਕਰਾ ਰਿਹਾ ਉਹਨਾਂ ਕੋਲ ਹਾਂਜੀ ਹਮ ਟਿਗ ਖਰੇ ਦੇਖ ਕਰ ਐਸੇ ਆਹ ਬਾਬਾ ਜੀ ਕਹਿੰਦੇ ਅਸੀਂ ਇਹਦੇ ਕੋਲ ਖੜੇ ਆ ਤੇ ਸਾਨੂੰ ਹੁਣ ਪੁੱਛਦਾ ਵੀ ਨਹੀਂ ਬੁਲਾਉਂਦਾ ਵੀ ਨਹੀਂ ਬਿਦੀ ਚੰਦ ਕਹੇ ਇਹ ਮਰ ਗਇਓ ਤੇ ਬਾਬਾ ਜੀ ਨੇ ਨਾ ਬਿਦੀ ਚੰਦ ਨੇ ਬਾਹ ਫੜ ਕੇ ਬਾਬਾ ਘੁਰਦੇਤਾ ਜੀ ਨੂੰ ਕਿਹਾ ਬਾਬਾ ਜੀ ਇਹ ਮਰ ਗਿਆ ਹੁਣ ਇਹਨੇ ਕੀ ਬੋਲਣਾ ਇਹ ਤੁਹਾਡੇ ਤੀਰ ਨਾਲ ਇਸ ਦੁਨੀਆ ਤੋਂ ਪਾਰ ਬੋਲਿਆ ਤੁਸੀਂ ਤੀਰ ਮਾਰ ਕੇ ਦੀ ਖੋਪੜੀ ਉਡਾ ਦਿੱਤੀ ਹੈ ਹੁਣ ਇਹ ਬੋਲੇਗਾ ਥੋੜਾ ਛੱਡੋ ਹੁਣ ਇਹਦਾ ਖੇੜਾ ਆਓ ਆਪਾਂ ਜੰਗ ਕਰੀਏ ਹਾਂ ਜੀ ਤੁਮਰੇ ਕਰਤੇ ਸ਼ੁਭ ਪਦ ਲਹਿਯੋ ਬਾਬਾ ਜੀ ਠੀਕ ਹੈ ਤੁਹਾਡਾ ਬਾਲ ਸਖਾਈ ਮਿੱਤਰ ਸੀ ਤੁਹਾਡੇ ਹੱਥੋਂ ਮਰ ਕੇ ਦੀ ਗਤੀ ਹੋ ਗਈ ਹੈ ਤੁਹਾਡੇ ਹੱਥੋਂ ਇਹਦੀ ਮੁਕਤੀ ਹੋ ਗਈ ਹੈ ਇਹਦਾ ਹੁਣ ਇਹਦਾ ਜਨਮ ਮਰਨ ਤੁਸੀਂ ਕੱਟ ਦਿੱਤਾ ਹੈ ਹਾਂਜੀ ਜੀਵਤ ਇਹਾ ਕਿਰਪਾ ਬਹੁਤ ਹਰੋ ਜਦੋਂ ਇਹ ਜਿਉਂਦਾ ਸੀ ਤੁਹਾਡੇ ਨਾਲ ਰਹਿੰਦਾ ਸੀ ਤੁਸੀਂ ਇੱਥੇ ਬੜੀ ਕਿਰਪਾ ਕਰਦੇ ਸੀ ਇਹਨੂੰ ਚੰਗੀ ਸ਼ਸਤਰ ਬਸਤਰ ਦਿੰਦੇ ਸੀ ਭੈਓ ਅਮ੍ਰਿਤੋ ਕਪਵਤੇ ਅਵਤਾਰ ਹੋ ਇਹ ਹੁਣ ਜੇ ਤੁਹਾਡਾ ਮਿੱਤਰ ਹੈ ਮਰ ਗਿਆ ਤੁਹਾਡੇ ਹੱਥੋਂ ਤੈਨੂੰ ਭਵ ਸਾਗਰ ਤੋਂ ਤਾਰ ਦਿਓ ਕਿਉਂਕਿ ਤੁਸੀਂ ਸਤਗੁਰਾਂ ਦੇ ਸਹਬਜ਼ਾਦੇ ਹੋ ਸਰਬ ਕਲਾ ਸਮਰੱਥ ਹੋ ਤੁਸੀਂ ਬਾਬਾ ਗੁਰਦਿੱਤਾ ਜੀ ਨੂੰ ਮਾਰੇ ਪੂਰੀਆਂ ਪਾਵਰਾਂ ਦਿੱਤੀਆਂ ਹੋਈਆਂ ਸਨ ਕਿਉਂਕਿ ਉਹ ਗੁਰੂ ਦੇ ਸਨਮੁਖ ਪੁੱਤਰ ਸਨ ਹੁਕਮ ਮੰਨਿਆ ਉਹਨਾਂ ਨੇ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਤੁਸੀਂ ਬਾਬਾ ਜੀ ਕਿਰਪਾ ਕਰੋ ਇਹਦਾ ਹੁਣ ਕਲਿਆਣ ਕਰ ਦਿਓ ਠੀਕ ਹੈ ਇਹਨੇ ਆਪਣੀ ਕੀਤੀ ਦਾ ਫਲ ਪਾ ਲਿਆ ਮਰ ਗਿਆ ਹੁਣ ਇਹਨੂੰ ਮੁਕਤੀ ਦੇ ਦਿਓ ਸੋਨ ਕਰਿ ਸ੍ਰੀ ਗੁਰ ਸੁੱਤ ਬਿਸਮਾਇਓ ਬਾਬਾ ਗੁਰਦਿੱਤਾ ਜੀ ਸੁਣ ਕੇ ਥੋੜੇ ਬਿਸਮਾਦ ਵਿੱਚ ਆਏ ਸ਼ਾਸਤਰ ਧਰਨ ਕੋ ਇਹੋ ਫਲ ਪਾਇਓ ਕਹਿੰਦੇ ਅੱਜ ਸ਼ਾਸਤਰ ਰੱਖਣ ਦਾ ਇਹੀ ਫਲ ਸੀ ਸ਼ਾਸਤਰ ਰੱਖਣੇ ਸੀ ਦੁਸ਼ਮਣਾਂ ਨੂੰ ਮਾਰਨਾ ਸੀ ਅੱਜ ਸਾਨੂੰ ਆਪਣਾ ਮਿੱਤਰ ਮਾਰਨਾ ਪੈ ਗਿਆ ਹੈ ਰਣ ਕੇ ਲਰਣ ਤਨਕ ਨਹਿ ਦਇਆ ਹਾਂ ਕਹਿੰਦੇ ਬਾਬਾ ਗੁਰਦਿੱਤਾ ਜੀ ਕਹਿੰਦੇ ਬਾਬਾ ਬੀਦੀ ਚੰਦ ਜੀ ਇਹ ਜਿਹੜਾ ਜੰਗ ਹੁੰਦਾ ਨਾ ਇਹ ਜਦ ਦਇਆ ਨਹੀਂ ਨਾ ਹੁੰਦੀ ਕਹਿੰਦੇ ਰਣ ਕੇ ਲਰਨ ਤਨ ਕਨੇ ਦਇਆ ਕਹਿੰਦੇ ਜੰਗ ਦੇ ਮੈਦਾਨ ਵਿੱਚ ਤਰਸ ਦਇਆ ਕਰੁਣਾ ਕਿੱਥੇ ਚਲੀਆਂ ਜਾਂਦੀਆਂ ਨੇ ਫਤੋ ਸਖਾ ਸਮ ਹਮ ਹਤ ਦਇਆ ਸਾਡਾ ਭਰਾਵਾ ਵਰਗਾ ਪਿਆਰ ਮਿੱਤਰ ਬਚਪਨ ਤੋਂ ਸਾਡੇ ਨਾਲ ਖੇਡਿਆ ਅਸਮਾਨ ਖਾਨ ਤੇ ਅਸੀਂ ਅੱਜ ਆਪਣੇ ਹੱਥੀਂ ਮਾਰ ਬੈਠੇ ਆ ਇਸ ਨੂੰ ਐ ਵ ਬਸੂਰਤ ਗੋਰਟੇਗਾ ਆਇਓ ਇੱਦਾਂ ਝੂਰਦੇ ਹੋਏ ਨਾ ਬਾਬਾ ਗੁਰਦਿੱਤਾ ਜੀ ਤੇ ਬਾਬਾ ਬੇਦੀ ਚਾਂਦੀ ਛੇਵੇਂ ਪਾਸ਼ਾ ਦੇ ਕੋਲ ਆ ਗਏ ਦੇਖੋ ਤੇ ਮੇਰੇ ਤੇ ਕ ਬਦਨ ਕੁਮਲਾਇਓ ਅਗੇ ਪੈਂਦਾ ਖਾਂ ਮਰਿਆ ਪਿਆ ਵੇਖਿਆ ਤੇ ਸਤਗੁਰੂ ਜੀ ਦੇ ਵੱਲ ਵੇਖ ਕੇ ਬਾਬਾ ਗੁਰਦਿੱਤਾ ਜੀ ਦਾ ਮਨ ਥੋੜਾ ਉਦਾਸ ਹੋ ਗਿਆ ਫੇਰ ਪਤਰ ਕੀ ਦਸ਼ਾ ਕਿਰਪਾਲੂ ਸਤਗੁਰੂ ਜੀ ਨੇ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਦੀ ਦਸ਼ਾ ਵੇਖੀ ਕਿ ਇਹਨਾਂ ਦਾ ਮਨ ਹੁਣ ਆਪਣਾ ਮਿੱਤਰ ਆਪਣੇ ਹੱਥੀ ਮਾਰਨ ਕਰਕੇ ਦੁਖੀ ਹੋ ਗਿਆ ਹੈ। ਸਤਿਗੁਰੁ ਤਿਹਰਜ ਦੇਈ ਬਿਸਾਲੂ। ਸਤਿਗੁਰੂ ਜੀ ਬਾਬਾ ਗੁਰਦਿੱਤਾ ਜਿਹਨੂੰ ਧੀਰਜ ਦਿੱਤਾ ਹੈ। ਸੰਗ ਸੁਪਟ ਦੇ ਕਰ ਤਬ ਦੋਏ। ਦੋ ਸਿਪਾਈ ਨਾਲ ਦਿੱਤੇ ਹਨ। ਘਰ ਅੰਤਰ ਪਹੁੰਚਾਏ ਸੋਏ। ਇਹ ਇਹਨਾਂ ਨੂੰ ਅੰਦਰ ਲੈ ਜਾਓ। ਇਹ ਘਰ ਜਾ ਕੇ ਬੈਠਣ ਹੁਣ ਕਿਉਂਕਿ ਇਹਨਾਂ ਦਾ ਜੰਗ ਕਰਨ ਦਾ ਹੁਣ ਇਰਾਦਾ ਨਹੀਂ ਬਣਨਾ। ਜੰਗ ਦੇ ਵਿੱਚ ਤਾਂ ਬੜੀ ਫੁਰਤੀ ਚਾਹੀਦੀ ਐ ਸ਼ੋਕ ਜਿਹੜਾ ਐ ਨਾ ਉਸ ਬੰਦੇ ਨੂੰ ਸੁੰਨ ਕਰ ਦਿੰਦਾ ਸ਼ੋਕ ਦੇ ਵਿੱਚ ਬੰਦਾ ਫੇ ਲੜ ਨਹੀਂ ਸਕਦਾ ਤੇ ਜੇ ਹੁਣ ਇਹ ਹਥਿਆਰ ਸੁੱਟ ਕੇ ਬਹਿ ਗਏ ਤੇ ਦੁਸ਼ਮਣ ਦੇ ਮਾਰ ਦੇਵੇਗਾ ਇਹਨਾਂ ਨੂੰ ਅੰਦਰ ਲੈ ਜਾਓ ਦੋ ਸੇਵਾਦਾਰ ਬਾਬਾ ਗੁਰਦਿੱਤਾ ਜੀ ਦੇ ਨਾਲ ਭੇਜ ਦਿੱਤੇ ਕਰ ਜਿਤ ਸ਼ਾਂਤ ਬੈਠ ਕਰ ਰਹੇ ਬਾਬਾ ਜੀ ਅੰਦਰ ਆ ਕੇ ਨਾ ਸ਼ਾਂਤ ਚਿੱਤ ਹੋ ਕੇ ਬੈਠ ਗਏ ਭੇ ਤੂਸ਼ ਨਹੀਂ ਸੁਨੇ ਨਾ ਕਹੇ ਚੁੱਪ ਕਰਕੇ ਨਾ ਕਿਸੇ ਨਾਲ ਗੱਲ ਕਰਦੇ ਨਾ ਕਿਸੇ ਦੀ ਸੁਣਦੇ ਕਿਉਂਕਿ ਮਨ ਤੇ ਬਹੁਤ ਵੱਡਾ ਆਗਾ ਹਤ ਲੱਗਾ ਹੈ ਕਿ ਅਸੀਂ ਆਪਣੇ ਹੱਥੀ ਆਪਣਾ ਮਿੱਤਰ ਜਿਹੜਾ ਸਾਡੇ ਨਾਲ ਹੱਸਦਾ ਖੇਡਦਾ ਸਾਡੇ ਨਾਲ ਭਲਿਆ ਜਵਾਨ ਹੋਇਆ ਕਿਉਂਕਿ ਉਸਮਾਨ ਖਾਂ ਬਾਬਾ ਜੀ ਦਾ ਹਾਣੀ ਸੀਗਾ ਸਾਲ ਤੋਂ ਸਾਲ ਛੋਟਾ ਵੱਡਾ ਹੋਵੇਗਾ ساری ਉਮਰ ਬਾਬਾ ਜੀ ਦੇ ਨਾਲ ਰਹਿੰਦਾ ਸੀ ਬਾਬਾ ਜੀ ਸ਼ਿਕਾਰ ਜਾਂਦੇ ਸੀ ਤਾਂ ਨਾਲ ਜਾਂਦਾ ਸੀ ਪਰ ਜਦੋਂ ਬੁੱਢੀ ਬੰਦੇ ਦੀ ਭ੍ਰਿਸ਼ਟ ਹੋ ਜਾਵੇ ਉਦੋਂ ਦੋਸਤੀ ਮਿੱਤਰ ਭਾਈਚਾਰਾ ਖਤਮ ਹੋ ਜਾਂਦਾ ਹੈ ਇਹਦੀ ਬੁੱਧੀ ਭ੍ਰਿਸ਼ਟ ਹੋ ਗਈ ਬਾਬਾ ਗੁਰਦਿੱਤਾ ਜੀ ਦਾ ਬਾਜ਼ੀ ਚੋਰੀ ਕਰ ਲਿਆ ਸੀ ਇਸ ਨੇ ਇਸ ਕਰਕੇ ਫਿਰ ਵਿਰੋਧ ਵਧਿਆ ਸੀ ਇਹ ਲੜਾਈ ਇੱਥੋਂ ਤੱਕ ਪਹੁੰਚ ਗਈ ਹੈ ਸੋ ਅੱਜ ਬਾਬਾ ਜੀ ਦੇ ਹੱਥੋਂ ਮਾਰਿਆ ਗਿਆ ਪਰ ਧੰਨ ਬਾਬਾ ਗੁਰਦਿੱਤਾ ਜੀ ਕਿਤੇ ਉਹ ਉਹਦਾ ਇਰਾਦਾ ਦੇਖੋ ਇੱਕ ਸਾਧੂ ਦਾ ਤੇ ਇੱਕ ਮਨਮੁਖ ਦਾ ਤੇ ਗੁਰਮੁਖ ਦਾ ਫਰਕ ਕੀ ਹੁੰਦਾ ਇਹ ਕਥਾ ਚ ਇਹ ਸਮਝਣ ਦੀ ਗੱਲ ਹੈ ਇੱਕ ਪਾਸੇ ਪੈਂਦੇਖਾਨ ਤੇ ਸਮਾਨਖਾਨ ਨੇ ਜਿਨਾਂ ਦੀ ਦੁਸ਼ਟ ਬਿਰਤੀ ਹੈ ਸਾਰੀ ਉਮਰ ਗੁਰੂ ਘਰ ਦਾ ਖਾਦਾ ਸਵਾਰਿਆ ਕੁਛ ਨਹੀਂ ਗੁਰੂ ਘਰ ਦਾ ਖਾਦਾ ਹੀ ਹੈ ਤੇ ਉਲਟਾ ਗੁਰੂ ਨੂੰ ਮਾਰਨ ਆ ਗਏ ਨੇ ਗੁਰੂ ਦੇ ਜਾਨ ਦੇ ਦੁਸ਼ਮਣ ਬਣ ਗਏ ਨੇ ਬਾਬਾ ਗੁਰਦਿੱਤਾ ਜੀ ਨੂੰ ਮਾਰਨ ਲਈ ਉਸਮਾਨ ਖਾਨ ਨੇ ਬੜੇ ਭਿਆਨਕ ਤੀਰ ਛੱਡੇ ਨੇ ਪਰ ਬਾਬਾ ਜੀ ਨੂੰ ਅਕਾਲ ਪੁਰਖ ਨੇ ਰੱਖ ਲਿਆ ਬਾਬਾ ਜੀ ਦਾ ਤੀਰ ਚੱਲਿਆ ਉਸਮਾਨ ਖਾਨ ਮਰ ਗਿਆ ਪਰ ਬਾਬਾ ਜੀ ਫੇਰ ਵੀ ਕਰਨਾ ਚਾਹੇ ਨੇ ਕਿਉਂਕਿ ਆਪੋ ਆਪਣੀ ਬਿਰਤੀ ਕਬੀਰ ਸੰਤ ਨਾ ਛੱਡੈ ਸੰਤਈ ਜੋ ਕੋਟਕ ਮਿਲਿਆ ਸੰਤ ਕਰੋੜਾਂ ਪਾਪੀ ਮਿਲ ਜਾਣ ਸੰਤ ਆਪਣਾ ਸੰਤਪੁਣਾ ਨਹੀਂ ਛੱਡਦਾ ਉਹਦਾ ਸੁਭਾਅ ਹੈ ਬਾਬਾ ਜੀ ਦੇ ਮਨ 'ਚ ਫੇਰ ਆਈ ਹੈ ਕਹਿੰਦੇ ਹੈ ਤਾਂ ਮਿੱਤਰ ਹੀ ਸੀ ਨਾ ਸਾਡੇ ਹੱਥੋਂ ਮਾਰਿਆ ਗਿਆ ਹੈ ਤੇ ਇਸ ਕਰਕੇ ਬਾਬਾ ਜੀ ਅੰਦਰ ਜਾ ਕੇ ਬੈਠ ਗਏ ਨੇ ਮਹਿਲਾਂ ਵਿੱਚ ਜਬ ਦੋਨੋ ਖਾਸ ਸੁਰਜਵਾਈ ਜਦੋਂ ਸੋਹਰਾ ਜਵਾਈ ਉਸਮਾਨ ਖਾਂ ਦੇ ਪੈੰਦੇ ਖਾਂ ਮਾਰੇ ਗਏ ਸੰਘਰਕ ਅਨੇਕ ਹੋਰ ਮਹਿ ਕਹਾਈ ਸਾਸੰਗਤ ਜੀ ਬੜਾ ਭਿਆਨਕ ਜੰਗ ਸੀਗਾ ਏ ਇਸ ਜੰਗ ਦੇ ਵਿੱਚ ਇਸ ਕੋਰ ਭਿਆਨਕ ਜੁਧ ਦੇ ਵਿੱਚ ਪੈੰਦਾ ਵੀ ਮਾਰਿਆ ਗਿਆ ਤੇ ਉਸਮਾਨ ਖਾਂ ਵੀ ਮਾਰਿਆ ਗਿਆ ਕਤਬ ਖਾਨ ਅਰਕਾਲੇ ਖਾਨ ਕਤਬ ਖਾਨ ਤੇ ਕਾਲੇ ਖਾਨ त्याਗੀ ਆਸਾ ਵਿਜੇ ਮਹਾਨ ਇਹ ਦੋ ਜਰਨੈਲ ਰਹਿ ਗਏ ਖੋਜਾ ਅਨਵਰ ਪਹਿਲਾਂ ਮਾਰਿਆ ਗਿਆ ਸੀ ਬਾਬਾ ਬੀਦੀ ਚੰਦ ਦੇ ਹੱਥੋਂ ਵੰਦਾ ਮਾਰਿਆ ਸ਼ਿਵੇਂ ਪਾਸ਼ਾ ਨੇ ਅਸਮਾਨ ਨੂੰ ਮਾਰਿਆ ਬਾਬੇ ਗੁਰਦਿੱਤੇ ਨੇ ਹੁਣ ਦੋ ਰਹਿ ਗਏ ਕਾਲਾ ਖਾਨ ਤੇ ਕুতਬ ਖਾਨ ਇਹ ਸੋਚਦੇ ਨੇ ਵੀ ਹੁਣ ਜੰਗ ਸਿੱਤ ਨਹੀਂ ਸਕਦੇ ਆਸ ਇਹਨਾਂ ਦੀ ਲਹਿ ਗਈ ਟੁੱਟ ਗਈ ਜਿਨ੍ਹਾਂ ਦੇ ਉੱਤੇ ਭਰੋਸਾ ਸੀ ਪੈਂਦੇ ਖਾਨ ਤੇ ਵੀ ਗੁਰੂ ਸਾਹਿਬ ਨੂੰ ਚੁੱਕ ਕੇ ਲਿਆਏਗਾ ਉਹਦਾ ਮਾਰਿਆ ਗਿਆ ਹੁਣ ਕਿ ਕੌਣ ਜੰਗ ਜਿੱਤੇਗਾ ਲਸ਼ਕਰ ਜਿਸਕੇ ਸੰਗ ਚੜ੍ਹਾਇਓ ਕਹਿੰਦੇ ਜਿਸ ਪੰਦੇ ਦੀ ਮਦਦ ਲਈ ਅਸੀਂ ਆਏ ਸੀ ਜਿਹਦੇ ਨਾਲੇ ਫੌਜਾਂ ਬਾਦਸ਼ਾਹ ਨੇ ਭੇਜੀਆਂ ਸੀ ਹੁਕਮਸ਼ਾਹ ਹੋਕਰ ਹਮਹ ਪਠਾਇਓ ਜਿਹਦੇ ਨਾਲ ਸੈਨਸ਼ਾਹ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹਜਹਾਂ ਨੇ ਸਾਨੂੰ ਭੇਜਿਆ ਸੀ ਸੋ ਬਾਜੀ ਸਭ ਹੋਈ ਨਾਸ਼ ਉਹ ਤਾਂ ਮਾਰਿਆ ਗਿਆ ਹੈ ਉਹ ਬਾਜੀ ਤਾਂ ਨਾਸ ਹੋ ਗਈ ਉਹ ਬਾਜੀ ਤਾਂ ਹਾਰ ਗਏ ਆ ਅਸੀਂ ਗੁਰੂ ਹਰਗੋਬਿੰਦ ਨੂੰ ਹੁਣ ਕੌਣ ਮਾਰੇਗਾ ਮੋਰ ਗੁਰੂ ਨੂੰ ਕੌਣ ਫੜੇਗਾ ਗੁਰਪਕਰਨ ਕੋ ਛਟਿਓ ਵਿਸਾਸ ਹੁਣ ਗੁਰੂ ਨੂੰ ਫੜਨ ਦੀ ਜਿਹੜੀ ਮਨ ਦੇ ਵਿੱਚ ਸੀਗੀ ਗੱਲ ਉਹ ਰਹਿ ਗਈ ਉਹ ਆਸ ਉਮੀਦ ਟੁੱਟ ਗਈ ਕਾਲੇ ਖਾਨ ਬਖਾਨਤ ਖਰੋ ਕਾਲੇ ਖਾਨ ਆਪਣੇ ਜਰਨੈਲਾਂ ਵੱਲ ਵੇਖ ਕੇ ਬੱਚੀ ਕੁਝੀ ਫੌਜ ਵੱਲ ਵੇਖ ਕੇ ਕুতਬ ਖਾਨ ਨੂੰ ਕਹਿਣ ਲੱਗਾ ਕਹੋ ਕুতਬ ਖਾਨ ਅਬ ਕਿਆ ਕਰੂੰ ਖਾਨ ਸਾਹਿਬ ਤੁਸੀਂ ਦੱਸੋ ਹੁਣ ਕুতਬ ਖਾਨ ਜਲੰਧਰ ਦਾ ਸੂਬੇਦਾਰ ਸੀ ਕਾਲੇਖਾਂ ਪਿਸ਼ਾਵਰ ਦਾ ਸੂਬੇਦਾਰ ਸੀ ਉਹ ਵੱਡਾ ਸੀ ਜਿਵੇਂ ਉਹਦਾ ਸੂਬਾ ਵੱਡਾ ਸੀ ਜਲੰਧਰ ਜਿਹੜਾ ਛੋਟਾ ਸੂਬਾ ਸੀ ਪਰ ਹੈ ਤਾਂ ਇਹ ਸੂਬੇਦਾਰ ਹੀ ਸਨ ਹਿੰਦੁਸਤਾਨ ਦੇ 22 ਸੂਬੇ ਸਨ ਕਹਿੰਦੇ ਕਾਲੇਖਾਂ ਕਹਿੰਦਾ ਕੁਤਲਖਾਂ ਨੂੰ ਕਿ ਖਾਨ ਸਾਹਿਬ ਤੁਸੀਂ ਦੱਸੋ ਹੁਣ ਕੀ ਕਰੀਏ ਪੈਂਦੇ ਖਾਨ ਜੰਗ ਮਰਵਾਏ ਪੈਂਦੇ ਖਾਂ ਤੇ ਮਰਵਾ ਬੈਠੇ ਆਪਾਂ ਉਹ ਤਾਂ ਗੁਰੂ ਨੇ ਮਾਰ ਦਿੱਤਾ ਹੈ ਗੁਰੂ ਮਬਾਸ ਰਹੇ ਇਸ ਥਾਈ ਆਪਾਂ ਜੰਗ 'ਚ ਉਹਨੂੰ ਮਰਵਾ ਕੇ ਤੇ ਗੁਰੂ ਨੂੰ ਫੜ ਵੀ ਨਹੀਂ ਸਕੇ ਗੁਰੂ ਨੂੰ ਮਾਰ ਵੀ ਨਹੀਂ ਸਕੇ ਗੁਰੂ ਇਦਾਂ ਹੀ ਆਕੀ ਰਹੇਗਾ ਫੜ ਕਰ ਲਵ ਪਰ ਔਰ ਸਿਧਾਰੈ ਤੇ ਆਪਾਂ ਦੋਵੇਂ ਲਾਹੌਰ ਵਾਪਸ ਜਾਵਾਂਗੇ ਕਿਮ ਹਜ਼ਰਤ ਕੋ ਬਦਨ ਦਿਖਾਰੇ ਕਿਹੜਾ ਮੂੰਹ ਬਖਾਵਾਂਗੇ ਬਾਦਸ਼ਾਹ ਨੂੰ ਕੀ ਕਵਾਂਗੇ ਵੀ ਅਸੀਂ ਮਰਵਾ ਕੇ ਆ ਗਏ ਆ ਫੌਜਾਂ ਬਾਦਸ਼ਾਹ ਕਹੇਗਾ ਵੀ ਤੁਸੀਂ 80 ਹਜ਼ਾਰ ਬੰਦਾ ਕੀ ਕਰਦੇ ਰਹੇ ਹੋ ਤੁਹਾਡੇ ਕੋਲੋਂ ਗੁਰੂ ਨਹੀਂ ਫੜਿਆ ਗਿਆ ਗੁਰੂ ਮਾਰਿਆ ਨਹੀਂ ਗਿਆ ਉਥੇ ਬਾਦਸ਼ਾਹ ਨੂੰ ਕੀ ਮੂੰਹ ਦਿਖਾਵਾਂਗੇ ਗੁਰ ਕੋ ਗਹ ਹੈ ਕਿ ਮਾਰ ਹੈ ਜੰਗ ਆਪਾਂ ਇਹ ਕਹਿ ਕੇ ਆਏ ਸੀ ਵੀ ਗੁਰੂ ਨੂੰ ਜਾਂ ਤਾਂ ਪਹਿਲੇ ਨੰਬਰ ਤੇ ਸੀ ਫੜ ਕੇ ਲਿਆਉਣਾ ਜਿਉਂਦਾ ਲਿਆਉਣਾ ਕਿਉਂਕਿ ਬਾਦਸ਼ਾਹ ਦਾ ਹੁਕਮ ਸੀ ਵੀ ਇੱਕ ਵਾਰੀ ਮੈਂ ਗੁਰੂ ਹਰਗੋਬਿੰਦ ਵੇਖਣਾ ਹੈ ਵੀ ਕਿੱਦਾਂ ਦਾ ਜਿਉਂਦਾ ਵੇਖਣਾ ਤੇ ਮੈਂ ਫਿਰ ਤਸੀਹੇ ਦੇ ਕੇ ਮਾਰਾਂਗਾ ਜਾਂ ਆਪਣੀ ਈਨ ਮਨਾਵਾਂਗਾ ਉਹ ਚਾਹੁੰਦਾ ਵੀ ਜਿਉਂਦਾ ਫੜ ਕੇ ਲਿਆਓ ਗੱਲਬਾਤ ਕਰਨੀ ਚਾਹੁੰਦਾ ਸੀ ਜੇ ਕਹਿੰਦੇ ਨਹੀਂ ਜਿਉਂਦਾ ਫੜਿਆ ਜਾਂਦਾ ਫਿਰ ਮਾਰ ਕੇ ਉਹਦਾ ਸਿਰ ਵੱਢ ਕੇ ਲਿਆਓ ਅਸੀਂ ਇਹ ਕਹਿ ਕੇ ਆਏ ਸੀ ਵੀ ਤੁਹਾਡੇ ਕੋਲ ਜਿਉਂਦਾ ਲਿਆਵਾਂਗੇ ਜੇ ਗੁਰੂ ਨਾ ਜਿਉਂਦਾ ਲਿਆਂਦਾ ਗਿਆ ਤੇ ਘੱਟੋ ਘਾਟੋ ਦਾ ਸਿਰ ਤਾਂ ਜ਼ਰੂਰ ਲੈ ਕੇ ਆਵਾਂਗੇ ਇਮ ਕਹੇ ਚੜੇ ਸ਼ਾਹ ਹੋ ਕੇ ਸੰਗ ਹੇ ਕੁੱਤਬਖਾ ਆਪਾਂ ਬਾਦਸ਼ਾਹ ਨਾਲੇ ਵਾਅਦਾ ਕਰਕੇ ਚੜੇ ਸੀ ਦੋਨੋ ਮਹਿ ਇੱਕ ਪਹੀ ਨਹਿ ਬਣੀ ਪਰ ਇਹ ਦੋਵੇਂ ਗੱਲਾਂ 'ਚੋਂ ਇੱਕ ਵੀ ਨਹੀਂ ਹੋਈ ਗੁਰੂ ਫੜਿਆ ਵੀ ਨਹੀਂ ਗਿਆ ਤੇ ਗੁਰੂ ਸਾਥੋਂ ਮਾਰਿਆ ਵੀ ਨਹੀਂ ਗਿਆ ਹਸਹਿ ਕਚਹਿਰੀ ਹਮ ਕੋ ਕਹਨੀ ਜਦੋਂ ਬਾਦਸ਼ਾਹ ਦੀ ਕਚਹਿਰੀ ਤੇ ਜਾਵਾਂਗੇ ਸਾਰੀ ਕਚਹਿਰੀ ਸਾਡੀ ਹਾਸੀ ਉਡਾਏਗੀ ਸਾਡਾ ਮਜ਼ਾਕ ਉਡਾਣਗੇ ਕਹਿਣਗੇ ਦੇਖੋ ਕਾਲੇ ਖਾਂ ਤੇ ਕੁਤਬ ਖਾਂ ਮਾਰ ਖਾ ਕੇ ਆ ਗਏ ਨੇ ਲੱਖੋਂ ਧਨ ਕੇ ਦੈ ਸਰੂਪਾਓ ਲੱਖ ਰੁਪਈਆ ਦੇ ਸਰੂਪੇ ਦੇ ਕੇ ਭੇਜਿਆ ਸੀ ਸਾਨੂੰ ਵਧੀਆਏ ਦੇਖਤ ਉਮਰਾਓ ਵਧੀਆ ਘੋੜੇ ਵਧੀਆ ਸ਼ਸਤਰ ਵਧੀਆ ਸਰੂਪੇ ਪਵਾ ਕੇ ਸਾਨੂੰ ਸਾਰੇ ਉਮਰਾਵਾਂ ਦੇ ਸਾਹਮਣੇ ਸਵਾ ਲੱਖ ਦਾ ਸਰੂਪਾ ਦਿੱਤਾ ਸੀਗਾ ਕਾਲੇ ਖਾਂ ਨੂੰ ਸ਼ਾਹਜਹਾਨ ਨੇ ਇਸੇ ਤਰ੍ਹਾਂ ਕੁਤਬ ਖਾਂ ਨੂੰ ਵੀ ਬੜਾ ਕੀਮਤੀ ਸਰੂਪਾ ਦਿੱਤਾ ਸੀ ਪੈਂਦੇ ਨੂੰ ਵੀ ਦਿੱਤਾ ਸੀ ਅਨਮਰ ਖਾਨ ਨੂੰ ਦਿੱਤਾ ਸੀ ਵੀ ਤੁਸੀਂ ਗੁਰੂ ਨੂੰ ਜਿਉਂਦਿਆਂ ਬੰਨ੍ਹ ਕੇ ਲਿਆਉਣਾ ਜੇ ਅਸੀਂ ਉੱਥੇ ਸਰੋਪੇ ਲੈ ਕੇ ਬਾਦਸ਼ਾਹ ਕੋਲੋਂ ਬੀੜਾ ਚੁੱਕਿਆ ਸੀ ਕਹਾਂ ਉਪਾਏ ਕਰਾਂ ਕਹ ਦੇਹੂ ਆ ਹੁਣ ਬਾਦਸ਼ਾਹ ਨੂੰ ਕੀ ਜਵਾਬ ਦੇਾਂਗੇ ਕੀ ਮੂੰਹ ਵਿਖਾਵਾਂਗੇ ਕੀ ਕਹਾਂਗੇ ਨਾ ਤੁਰ ਮਰਨ ਮੂੰਡ ਪਰਲੇਹੂ ਕਹਿੰਦੇ ਜਾਂ ਤਾਂ ਹੁਣ ਆਪਾਂ ਗੁਰੂ ਨੂੰ ਫੜੀਏ ਉਤ ਵਿਖਾਂ ਆਪਾਂ ਗੁਰੂ ਨੂੰ ਫੜੀਏ ਜਾਂ ਗੁਰੂ ਨੂੰ ਮਾਰੀਏ ਤੇ ਜਾਂ ਆਪ ਮਰੀਏ ਜੇ ਆਪਾਂ ਗੁਰੂ ਨੂੰ ਜਿਉਂਦਾ ਛੱਡ ਕੇ ਪਿੱਛੇ ਮੁੜਦੇ ਆਂ ਤੇ ਆਪਾਂ ਮਰਿਆਂ ਨਾਲੋਂ ਵੀ ਮਾੜੇ ਹਾਂ ਲਸ਼ਕਰ ਨਰਤ ਗयो ਮਰ ਕਹਨੋ ਲਸ਼ਕਰ ਸਾਡਾ ਮਾਰਿਆ ਗਿਆ ਫੌਜ ਸਾਡੀ ਲੜਦੀ ਲੜਦੀ ਬਹੁਤ ਮਾਰੀ ਗਈ ਹੈ ਕਬਹੋ ਜਨਨੀ ਜਨੇ ਨਾ ਮਨੋ ਮਨ ਮਾਨ ਜੰਮੇ ਹੀ ਨਹੀਂ ਆਹਾਹਾ ਚੰਡੀ ਦੀ ਵਾਰ ਦੀ ਪੰਕਤੀ ਹੈ ਕਲਗੀਧਰ ਲਿਖਦੇ ਜਾਣ ਨਾ ਜਾਏ ਮਾਈਆਂ ਜੂਜੇ ਸੂਰਮੇ ਇਹਦੇ ਪੰਕਤੀ ਦੇ ਕਈ ਅਰਥ ਨੇ ਇੱਕ ਅਰਥ ਇਹ ਵੀ ਜਾਣ ਨਾ ਜਾਏ ਮਾਈਆਂ ਜਾਣੋ ਮਾਈਆਂ ਨੇ ਜੰਮੇ ਹੀ ਕੋਈ ਨਹੀਂ ਇਹੋ ਜੇ ਸੂਰਮੇ ਮਰ ਗਏ ਕਿ ਦੁਨੀਆ ਤੇ ਹੋਏ ਹੀ ਕੋਈ ਨਹੀਂ ਕুতਬਖਾਨ ਸੁਣ ਕੀਨ ਬਖਾਨ ਕਾਲੇ ਖਾਨ ਦੀ ਗੱਲ ਸੁਣ ਕੇ ਕুতਬਖਾਨ ਬੋਲਿਆ ਇਹੋ ਵਿਚਾਰ ਆਪ ਬੁੱਧਵਾਨ ਖਾਨ ਸਾਹਿਬ ਤੁਸੀਂ ਵੱਡੇ ਹੋ ਤੁਸੀਂ ਪੇਸ਼ਾਵਰ ਦੇ ਸੂਬੇਦਾਰ ਹੋ ਮੈਂ ਤੁਹਾਡਾ ਤਾਬੇਦਾਰ ਹਾਂ ਤੁਸੀਂ ਬੁੱਧੀਮਾਨ ਹੋ ਸਿਆਣੇ ਹੋ ਤੁਸੀਂ ਵਿਚਾਰ ਕਰੋ ਜਿਵੇਂ ਤੁਹਾਨੂੰ ਚੰਗਾ ਲੱਗਦਾ ਓਵੇਂ ਕਰ ਲਓ ਗਹੋ ਗੁਰੂ ਕੈਲੀ ਜੈ ਮਾਰ ਮੈਂ ਵੀ ਚਾਹੁੰਨਾ ਵੀ ਗੁਰੂ ਨੂੰ ਆਪਾਂ ਜਿਉਂਦਾ ਫੜੀਏ ਜੇ ਜੀ ਹੁੰਦਾ ਨਹੀਂ ਫੜਿਆ ਜਾਂਦਾ ਤਾਂ ਘੱਟੋ ਘੱਟ ਗੁਰੂ ਨੂੰ ਮਾਰ ਹੀ ਦਈਏ ਇਸ ਬਿਨ ਮਸਲਾ ਤਾਂ ਅਪਰਨਾਸਾਰ ਇਸ ਤੋਂ ਬਿਨਾ ਹੋਰ ਕੋਈ ਰਾਹ ਦਿਸਦਾ ਹੀ ਨਹੀਂ ਲੜਵੇ ਬਿਨਾ ਉਪਾਏ ਨਾ ਔਰ ਲੜਾਈ ਤਾਂ ਬਿਨਾ ਹੁਣ ਕੋਈ ਦੂਸਰਾ ਰਸਤਾ ਨਹੀਂ ਅਸੀਂ ਲੜਾਈ ਛੇੜ ਬੈਠਿਆਂ ਲੜਾਈ ਗਹਿਗਹਿ ਚ ਹੋ ਰਹੀ ਐ ਲੜਾਈ ਸਿਰੇ ਲੱਗੀ ਪਈ ਐ ਹੁਣ ਜੇ ਭੱਜਦੇ ਆਂ ਤੇ ਬਾਦਸ਼ਾਹ ਦੀ ਕਚਹਿਰੀ 'ਚ ਵੀ ਵੜਨ ਜੋਗੇ ਆਪਾਂ ਹੈ ਨਹੀਂ ਹੁਣ ਹਰ ਹੋ ਕੈ ਮਰੀਯਹ ਇਸ ਠੌਰ ਜਾਂ ਗੁਰੂ ਨੂੰ ਮਾਰੀਏ ਤੇ ਜਾਂ ਮਰ ਜਾਈਏ ਆਪਾਂ ਪਠਾਨ ਪੁੱਤਰਿਆਂ ਅਣਖੀ ਆਪਾਂ ਆਪਣੀ ਅਣਖ ਕਹਿੰਦੀ ਆ ਵੀ ਮਰਨਾ ਜਾਂ ਮਾਰਨਾ ਆੰਦਿ ਸਬਲਾ ਸ਼ ਕਰੋ ਕੋ ਕਾਰ ਇਕ ਥਾਈ ਕਹਿੰਦੇ ਸਾਰੀ ਫੌਜ ਨੂੰ ਆਪਾਂ ਇਕੱਠੇ ਕਰ ਲਈਏ ਸਮੁਖ ਚਲ ਹੈ ਦੁੰਦਬ ਬਜਵਾਏ ਮਾਰੇ ਮਾਰੀਏ ਚੋਬਾਂ ਅੱਗੇ ਵਧੀਏ ਜੋ ਹੋਏਗੀ ਦੇਖੀ ਜਾਏਗੀ ਮਾਰੇ ਗਏ ਗਰੇ ਸੁਖੇਤ ਜਿਹੜੇ ਮਰ ਗਏ ਨੇ ਉਹ ਤੇ ਖੇਤਾਂ 'ਚ ਪਏ ਨੇ ਉਹਨਾਂ ਦੇ ਉੱਠਣਾ ਕੋਈ ਨਹੀਂ ਹੁਣ ਜੀਵਤ ਪਹੁੰਚੋ ਹੋ ਹੋ ਸੁਚੇਤ ਜਿਹੜੇ ਜਿਉਂਦੇ ਨੇ ਆਪਾਂ ਲੈ ਕੇ ਵਧੀਏ ਅੱਗੇ ਗੁਰੂ ਹਰਗੋਬਿੰਦ ਸਾਹਿਬ ਨੇ ਸਾਹਮਣੇ ਖੜਾ ਤੀਰਾਂ ਦੀ ਬਰਖਾ ਕਰ ਰਿਹਾ ਆ ਉਹਦੇ ਨਾਲ ਦੋ ਦੋ ਹੱਥ ਕਰੀਏ ਕੈਲ ਹੁ ਮਾਰ ਕੇ ਘੇਰੋ ਗਹੋ ਜਾਂ ਗੁਰੂ ਨੂੰ ਘੇਰ ਲਈਏ ਮਾਰ ਲਈਏ ਜਾਂ ਫੜ ਲਈਏ ਇਸ ਕਾਰਜ ਮਹਿ ਬਿਲਮ ਨਾ ਲਹੋ ਇਸ ਕੰਮ 'ਚ ਦੇਰੀ ਨਾ ਕਰੀਏ ਖਾਨ ਸਾਹਿਬ ਹੁਣ ਆਪਾਂ ਸਵਾ ਜਾਮ ਇਸ ਤੇ ਰਣ ਲਰੇ ਸਵਾ ਪੈ ਰਾਤ ਰਹਿੰਦੀ ਤੇ ਆਪਾਂ ਲੜ ਰਹੇ ਆਂ ਬਸ ਡੇਢ ਜਾਮ ਅਬ ਚਰੇ ਤੇ ਹੁਣ ਦਿਨ ਡੇਢ ਪੈ ਚੜ ਗਿਆ ਹੈ ਯਾਨੀ ਸਾਧ ਸੰਗਤ ਜੀ ਵੀ ਦਿਨ ਦੇ 11 11:30 ਵਜੇ ਗਏ ਸਨ ਸੂਰੇ 3 ਵਜੇ ਦੀ ਲੜਾਈ ਸ਼ੁਰੂ ਹੋਈ ਸੀਗੀ ਯਾਨੀ ਢਾਈ ਪਹਿਰ ਤੋਂ ਪੌਣੇ 3 ਪਹਿਰ ਹੋ ਚੁੱਕੇ ਲੜਾਈ ਲੱਗੀ ਨੂੰ ਭਾਏ ਥਕਤ ਸਭ ਹੈ ਅਨਸਮੇਤ ਹੁਣ ਸਾਡੇ ਘੋੜੇ ਵੀ ਥੱਕ ਗਏ ਨੇ ਸਾਡੇ ਬੰਦੇ ਵੀ ਲੜ ਲੜ ਕੇ ਥੱਕ ਗਏ ਨੇ ਲੜਾਈ ਦਾ ਨਾਂ ਹੀ ਬੁਰਾ ਹੁੰਦਾ ਆ 15 ਕਿ ਮਿੰਟ ਸਾਧ ਸੰਗਤ ਜੀ ਅਸੀਂ ਗਤਗਾ ਖੇਡ ਲਈਏ ਨਾ ਸਾਡੇ ਮੈਂ ਤੇ ਆਪਣੀ ਗੱਲ ਕਰਾਂ 15 ਕਿ ਮਿੰਟ ਚ ਇੰਨਾ ਕਿ ਸਾਹ ਚੜ ਜਾਂਦਾ ਵੀ ਉੱਪਰਲਾ ਸਾਹ ਉੱਪਰ ਥੱਲੇ ਆਲਾ ਥੱਲੇ ਸਾਡੇ ਕੋਲੋਂ ਖੜਿਆ ਨਹੀਂ ਜਾਂਦਾ ਉਹ ਤੇ ਗਤਕੇ ਦੇ ਨਾਲੇ ਇੰਨਾ ਖਤਰਾ ਵੀ ਨਹੀਂ ਹੁੰਦਾ ਛੋਟੀਆਂ ਨਾਲੀ ਖੇਡਣਾ ਹੁੰਦਾ ਤੇ ਜੰਗ ਜੰਗ ਦੇ ਵਿੱਚ ਤਾਂ ਆਉ ਲੈ ਜਾਂਦੇ ਐ ਗੋਲੀਆਂ ਤੀਰ ਬੰਬ ਚੱਲਦੇ ਐ ਤੇ ਫਿਰ ਉੱਥੇ ਲੜਨਾ ਵੀ ਲਗਾਤਾਰ ਹੀ ਪੈਂਦਾ ਸੋ ਇਹ ਜੁੱਧ ਕੀ ਬਾਤ ਬੁਰੀ ਸਭ ਤੇ ਕਹਿੰਦੇ ਥੱਕ ਗਏ ਹਾਂ ਹੁਣ ਅਸੀਂ ਅਬ ਕਰ ਹੇਲ ਜੀਤੀਏ ਖੇਤ ਕਹਿੰਦੇ ਹੁਣ ਆਪਾਂ ਹੱਲਾ ਕਰਕੇ ਮੈਦਾਨੇ ਜੰਗ ਨੂੰ ਜਿੱਤ ਲਈਏ ਇਹ ਸੁਣ ਕੇ ਕਹੇ ਤਬਾ ਕਾਲੇ ਖਾਨਾ ਇਹ ਸੁਣ ਕੇ ਕਾਲੇ ਖਾਨ ਬਜਹਿ ਜਾਓ ਹੁਕਮ ਬਖਾਨਾ ਉਹਨੇ ਹੁਕਮ ਦਿੱਤਾ ਵੀ ਨਗਾਰੇ ਦੇ ਚੋਬਾਂ ਲਾ ਦਿਓ ਨਰਪਠ ਸਭ ਪਟ ਲਏ ਬਟੌਰ ਬੰਦੇ ਭੇਜ ਕੇ ਨਾ ਸਾਰੇ ਜਵਾਨ ਚੋਣਵੇਂ ਚੋਣਵੇਂ ਅੱਗੇ ਬੁਲਾ ਲੇ ਬੰਦੇ ਓ ਟੋਲ ਭਨਿਓ ਤਿਨ ਓਰ ਬੰਦੇ ਬੰਦੇ ਓ ਟੋਲ ਬੜਾ 92 ਬੰਦਿਆਂ ਦਾ ਟੋਲਾ ਬਣ ਕੇ ਉਹਨਾਂ ਨੂੰ ਲਲਕਾਰ ਕੇ ਕਾਲੇ ਖਾਂ ਬੋਲਿਆ ਜੋ ਅਬ ਪ੍ਰਾਨਨ ਪਿਆਰੇ ਕਰੈ ਦੇਖੋ ਭਾਈ ਹੁਣ ਜਿਹਨੂੰ ਆਪਣੀ ਜਾਨ ਪਿਆਰੀ ਹੈ ਸੁਤ ਬਨਤਾ ਘਰ ਪ੍ਰੀਤੀ ਤਰੈ ਜਿਹਨੂੰ ਆਪਣੇ ਬੱਚਿਆਂ ਦੀ ਆਪਣੀ ਜਨਾਨੀ ਦੀ ਯਾਦ ਆਉਂਦੀ ਹੈ ਸੋ ਹਟ ਜਾਹੋ ਸ਼ਸਤਰ ਕੋ ਤਿਆਗੋ ਹੋ ਉਹ ਸ਼ਸਤਰ ਛੱਡ ਕੇ ਪਿੱਛੇ ਮੁੜ ਜਾਓ ਹਟ ਜਾਓ ਹਥਿਆਰ ਸੁੱਟ ਦਿਓ ਜਿਹਨੂੰ ਆਪਣੇ ਬੱਚਿਆਂ ਦੀ ਤੇ ਆਪਣੀ ਘਰ ਵਾਲੇ ਦੀ ਆਪਣੇ ਪਰਿਵਾਰ ਦੀ ਯਾਦ ਆਉਂਦੀ ਹੈ ਨਾ ਓ ਹੁਣ ਪਿਛਾ ਮੁੜ ਜਾਓ ਅਪਰਜੀਵਕਾ ਕਰਬੇ ਲਗੋ ਤੇ ਨੌਕਰੀ ਛੱਡ ਕੇ ਕੋਈ ਹੋਰ ਖੇਤੀ ਬਾੜੀ ਕਰ ਲੋ ਲੜਾਈ ਦੇ ਵਿੱਚ ਨਾ ਵੜੋ ਜਿਸਨੇ ਕਰਨ ਹੋਏ ਬੜਜੰਗ ਤੇ ਜਿਨ ਜੰਗ ਕਰਨਾ ਹੈ ਜਿਨ ਸੂਰਮੇ ਅਤਰਾ ਜੂਜਣਾ ਹੈ ਸੋ ਬਨਸਪਹਟ ਚਲੋ ਹਮ ਸੰਗ ਓ ਮਾਈ ਦੇ ਲਾਲ ਸੂਰਮੇ ਅੱਗੇ ਆ ਜਾਓ ਸਾਡੇ ਨਾਲ ਓ ਸਾਹਮਣੇ ਗੁਰੂ ਖੜਾ ਹੈ ਉਸ ਗੁਰੂ ਨੂੰ ਆਪਾਂ ਮਾਰਨਾ ਹੈ ਉਹਨੂੰ ਜਿਉਂਦਾ ਫੜਨਾ ਹੈ ਇਹ ਆਪਣਾ ਨਿਸ਼ਾਨਾ ਹੈ ਜੀਤ ਲਿਓ ਧਨ ਗਨ ਕੋ ਪਾਵੋ ਹੋ ਪਹਿਲੀ ਗੱਲ ਤਾਂ ਜਿਉਂਦਾ ਫੜਨਾ ਹੈ ਜੇ ਗੁਰੂ ਜਿਉਂਦਾ ਨਾਮ ਕਾਬੂ ਆਵੇ ਤੇ ਉਹਨੂੰ ਮਾਰਨਾ ਹੈ ਤੇ ਜੇ ਤੁਸੀਂ ਅੱਜ ਜੰਗ ਜਿੱਤ ਗਏ ਗੁਰੂ ਹਰਗੋਬਿੰਦ ਸਾਹਿਬ ਜਿਉਂਦਾ ਜਾਂ ਮਾਰਿਆ ਤਾਂ ਤੁਹਾਨੂੰ ਬੜੀਆਂ-ਬੜੀਆਂ ਜ਼ਗੀਰਾਂ ਮਿਲਣਗੀਆਂ ਤੁਹਾਡੇ ਅਹੁਦੇ ਦੁੱਗਣੇ ਕਰਾ ਦੇਵਾਂਗਾ ਤੁਹਾਡੀਆਂ ਤਨਖਾਹਾਂ ਦੁੱਗਣੀਆਂ ਹੋ ਜਾਣਗੀਆਂ ਭੋਗੋ ਸੁਖ ਜਗ ਜਸ ਸੋਬੜ ਹਵੋ ਸੰਸਾਰ ਦੇ ਸਾਰੇ ਸੁਖ ਭੋਗੋਗੇ ਬੜਾ ਜਸ ਹੋਵੇਗਾ ਬੜੀ ਸੋਭਾ ਹੋਵੇਗੀ ਤੁਹਾਡੀ ਮਰੋ ਜੁੱਧ ਮਹਿ ਪੇਸ਼ਤ ਸਦਾ ਰਹੋ ਜੇ ਗੁਰੂ ਨਾਲ ਲੜਦੇ ਲੜਦੇ ਮਰਗੇ ਤੇ ਬਹਿਸਤ ਨੂੰ ਜਾਓਗੇ ਸਵਰਗਾਂ ਨੂੰ ਜਾਓਗੇ ਦੋਹ ਲੋਕਨ ਮਹਿ ਸੁਖ ਨਿਰਤ ਹਰੋ ਸਵਰਗ ਵਿੱਚ ਹੂਰਾ ਮਿਲਣਗੀਆਂ ਅੰਗੂਰਾਂ ਦੀ ਸ਼ਰਾਬ ਮਿਲੇਗੀ ਉੱਥੇ ਬੜੇ ਸੁਖ ਮਿਲਣਗੇ ਹਾਂਜੀ ਡਰ ਹੈ ਜੁਮਾਰੇ ਤੇ ਸੋ ਹਟ ਰਿਹਾ ਜਿਹੜਾ ਮਰਨ ਤੋਂ ਡਰਦਾ ਉਹ ਨਾ ਅੱਗੇ ਜਾਵੇ ਅਸੀਂ ਹੁਣ ਮਰਨ ਚੱਲੇ ਆ ਮਿਹਨਤ ਕਰ ਹੈ ਮਜੂਰੀ ਲਹ ਕਾਲਖਾ ਕਹਿੰਦਾ ਹੋਰ ਕੋਈ ਮਿਹਨਤ ਮਜਦੂਰੀ ਕਰ ਲਵੇ ਫੌਜ ਦੀ ਨੌਕਰੀ ਕਾ ਨੂੰ ਕਰਨੀ ਆ ਫਿਰ ਮੁਗਲ ਪਠਾਨ ਕੇ ਸੈਦ ਨੰਦ ਇਹ ਜਦੋਂ ਲਲਕਾਰ ਮਾਰੀ ਨਾ ਮੁਗਲਾਂ ਨੂੰ ਪਠਾਣਾ ਨੂੰ ਤੇ ਸ਼ਹੀਦਾਂ ਨੂੰ ਸੇਖਾਂ ਨੂੰ ਤੁਮ ਸਭ ਹੇਨ ਕੇ ਬੰਸ ਬਿਲੰਦ ਦੇਖੋ ਵੀ ਤੁਸੀਂ ਕੋਈ ਮੁਗਲ ਕੋਈ ਪਠਾਨ ਕੋਈ ਸੈਦ ਕੋਈ ਸੇਖ ਹੋ ਤੇ ਇਸਲਾਮ ਦਾ ਝੰਡਾ ਚੁੱਕਿਆ ਹੋਇਆ ਹੈ ਸ਼ਾਹੋ ਚਾਕਾਰੀ ਕਰਤ ਹਮੇਸ਼ ਬਾਦਸ਼ਾਹ ਸ਼ਹਿਨशाह ਸ਼ਾਹ ਜਾਨ ਦੀ ਨੌਕਰੀ ਕਰਦੇ ਹਮੇਸ਼ਾ ਤੋਂ ਰਹੇ ਭੋਗਤੇ ਆਨੰਦ ਵਿਸ਼ੇਸ਼ ਬੜੇ ਤੁਸੀਂ ਸੁਖ ਭੋਗੇ ਨੇ ਅੱਜ ਤਾਈਂ ਬਾਦਸ਼ਾਹ ਦੀ ਕਿਰਪਾ ਨਾਲ ਚੰਗੀਆਂ ਤਨਖਾਹਾਂ ਲੈਂਦੇ ਰਹੇ ਹੋ ਅਬ ਇਹ ਹਜ਼ਰਤ ਕੋ ਲਖ ਕਾਜ ਤੇ ਹੁਣ ਇਹ ਸ਼ੈਨਸ਼ਾਹ ਦਾ ਬਾਦਸ਼ਾਹ ਦਾ ਜ਼ਰੂਰੀ ਕੰਮ ਹੈ ਗੁਰੂ ਨੂੰ ਫੜਨਾ ਹੈ ਜਿਉਂਦਿਆਂ ਜੀ ਦਤੀਏ ਕਰੋ ਬੰਸ ਕੀ ਲਾਜ ਆਪਣੇ ਬੰਸ ਦੀ ਲਾਜ ਰੱਖ ਲੋ ਤੇ ਬਾਦਸ਼ਾਹ ਦਾ ਕੰਮ ਪੂਰਾ ਕਰ ਦਿਓ ਕਰ ਉਤਸ਼ਾਹ ਪਰ ਹੋ ਇਕ ਵਾਰੀ ਉਤਸ਼ਾਹ ਕਰਕੇ ਹੱਲਾ ਕਰੋ ਇੱਕ ਵਾਰੀ ਜ਼ਬਰਦਸਤੀ ਹੱਲਾ ਕਰੋ ਕਹੋ ਕਿ ਗੁਰ ਕਹਲੀ ਜਹ ਮਾਰੀ ਜਾਂ ਗੁਰੂ ਨੂੰ ਜਿਉਂਦਿਆਂ ਫੜ ਲੋ ਜੇ ਨਹੀਂ ਫੜਿਆ ਜਾਂਦਾ ਤੇ ਜਾਨ ਤੋਂ ਮਾਰ ਦਿਓ ਗੋਲੀ ਤੀਰ ਨਾਲ ਸੁਣ ਜੋਤ ਹੋਵੇ ਕਹੇ ਸਬਦਾਨ ਇਹ ਸੁਣ ਕੇ ਜੋਧੇ ਸਾਭ ਤਾਨ ਹੋਏ ਨੇ ਕਹੇ ਉਹ ਦੇਖੀਏ ਅਬ ਕਮਸਾਨ ਕਹਿਣ ਲੱਗੇ ਕਮਸਾਨ ਦਾ ਜੰਗ ਕਰਾਂਗੇ ਖਾਨ ਸਾਹਿਬ ਤੁਸੀਂ ਫਿਕਰ ਨਾ ਕਰੋ ਰਣ ਮਾਰੇ ਰਹੇ ਕਿ ਮਾਰ ਹੈ ਦੌਰ ਅਸੀਂ ਮਰਾਂਗੇ ਜਾਂ ਮਾਰਾਂਗੇ ਕਹੇ ਗਹ ਆਨੈ ਗੁਰ ਇਸ ਠੋਰ ਜਾ ਗੁਰੂ ਨੂੰ ਫੜ ਕੇ ਇੱਥੇ ਲਿਆਵਾਂਗੇ ਇਹ ਮਲਾਸ਼ਕਰ ਕਰ ਉਤ ਉਤਸਾਹੂ ਇਹ ਤਾਂ ਲਸ਼ਕਰ ਨੂੰ ਉਤਸ਼ਾਹ ਦਿੱਤਾ ਪ੍ਰੇਰੇ ਕਾਲ ਮਰਨ ਰਣਮਾਹੂ ਇਹਦੇ ਕਾਲ ਨੇ ਮੌਤ ਨੇ ਪ੍ਰੇਰਿਆ ਇਹਨਾਂ ਨੂੰ ਸਭ ਅਮਰਾਵਨ ਕੇ ਰਸਮੇਤ ਸਾਰੀਆਂ ਫੌਜਾਂ ਉਮਰਾਮਾ ਸਮੇਤ ਕਮਟੇ ਅਗਰਬੀਚ ਬੜਖੇ ਤੂੰ ਬੜਾ ਭਾਰੀ ਹਲਾ ਕਰਨ ਲਈ ਅਗੇ ਵਧੇ ਹਲਾ ਕਰਵੇ ਮਸਲਤ ਕਰੀ ਸਲਾਹ ਕਰਨ ਲਈ ਗੁਰੂ ਨੂੰ ਫੜਾਂਗੇ ਸਤ ਗੁਰ ਜਾਨਿਓ ਪਹੁੰਚੇ ਅਰੀ ਮਹਾਰਾਜ ਜਾਣਗੇ ਵੀ ਹੁਣ ਫੇਰ ਆ ਗਏ ਨੇ ਤੀਰਨ ਸੰਗ ਨਖੰਗ ਭਰਿਓ ਹੈ ਮਹਾਰਾਜ ਨੇ ਤੀਰਾਂ ਦਾ ਪੱਥਾ ਭਰ ਲਿਆ ਸਾਵਧਾਨ ਦਲ ਆਪਣ ਕਰਿਓ ਆਪਣੀ ਫੌਜ ਨੂੰ ਸਾਵਧਾਨ ਕਰ ਲਿਆ ਇਤਮ ਹਤਿਓ ਲਸ਼ਕਰ ਕਰ ਕਨੋ ਪਹਿਲਾਂ ਵੈਰੀ ਮਾਰੇ ਸੀ ਲਸ਼ਕਰ ਤੀਰਾਂ ਨਾਲ ਬਚੋ ਹੇਲ ਇਕ ਤੇ ਅਭਨੋ ਕਹਿੰਦੇ ਜਿਹੜੇ ਰਹਿੰਦੇ ਹੁਣ ਮਾਰਦੇ ਇਕੋ ਤੀਰ ਨਾਲੀ ਮਰ ਹੈ ਸੁਰਗ ਮਹਿ ਪਹੁੰਚ ਹੈ ਜਾਏ ਮਰ ਕੇ ਸੁਰਗਾ ਨੂੰ ਜਾਣਗੇ ਜੀਵਤ ਸੁਖ ਭੋਗ ਹੈ ਧਨ ਪਾਏ ਆਖਿਆ ਦੇ ਜਿਉਂਦੇ ਸੁਖ ਭੋਗਣਗੇ ਇਹ ਮ ਕਹੇ ਇੱਕ ਥਲ ਸਭ ਨੇ ਬਟੋਰੇ ਸਦਾ ਸਿੱਖਾਂ ਦੀ ਫੌਜ ਵੀ ਮਹਾਰਾਜ ਨੇ ਇਕੱਠੀ ਕਰ ਲਈ ਕਰੇ ਸੁਚੇਤ ਰਿਪਣ ਕੀ ਓਰੇ ਗੁਰੂ ਦੇ ਸਿੱਖ ਵੈਰੀਵਲ ਸਾਹਮਣੇ ਤਿਆਰ ਬਰ ਤਿਆਰ ਸੁਚੇਤ ਹੋ ਕੇ ਖੜ ਗਏ ਕਹੇ ਕਰ ਸਭ ਦੁੰਦਬ বজਵਾਏ ਆਪਣੇ ਨਗਾਰਿਆਂ ਦੇ ਚੋਬਾ ਮਾਰਤੀਆਂ ਸਿੱਖਾਂ ਨੇ ਪਹੇ ਸਕਲ ਤੁਰਕਾਂ ਨੂੰ ਸਮਹਾਏ ਤੁਰਕਾਂ ਦੇ ਸਾਹਮਣੇ ਜਦ ਸ਼ੁਰੂ ਹੋ ਗਿਆ ਸੋ ਸਾਜ ਸੰਗਤ ਦੀ ਹੁਣ ਅੱਗੇ ਜੁੱਧ ਦੇ ਵਿੱਚ ਭਾਈ ਮਹਿਰਚੰਦ ਕੁੱਤਬੇ ਨੂੰ ਮਾਰ ਕੇ ਸ਼ਹੀਦੀ ਪਾਣਗੇ ਉਹ ਕਥਾ ਆਪਾਂ ਸਰਵਣ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਏ ਗੁਬਿੰਦ ਏ ਗੁਪਾਲ ਏ ਦਿਆਲ ਲਾਲ